ਦੋਸਤੋ, ਮੈਂ ਅੱਜ ਤੁਹਾਡੇ ਨਾਲ ਫਿਰ ਇਹ ਜਿਹੜਾ ਕਿਸਾਨ ਅੰਦੋਲਨ ਹੋ ਰਿਹਾ ਹੈਗਾ, ਦੋ ਅਲੱਗ ਅਲੱਗ ਹੁਣ ਅੰਦੋਲਨ ਹੋ ਗਏ ਹੈ, ਇਹਨਾਂ ਦੇ ਵਿੱਚ ਬੜੀ ਫੁੱਟ ਪੈ ਗਈ ਹੈਗੀ ਹੈ। ਜਿਹੜੇ ਇੱਕ SKM ਪੋਲੀਟੀਕਲ ਹੈ ਔਰ ਦੂਸਰਾ ਹੈਗਾ SKM ਨੋਨ ਪੋਲੀਟੀਕਲ, ਇਹਨਾਂ ਦੇ ਵਿੱਚ ਬੜੀ ਫੁੱਟ ਪੈ ਗਈ ਹੈ ਔਰ ਇਹ ਇਕੱਠੇ ਨਹੀਂ ਹੋ ਸਕਦੇ ਹੈ। ਕਹਿ ਰਹੇ ਹੈ SKM ਪੋਲੀਟੀਕਲ ਵਾਲੇ ਕਿ ਅਸੀਂ ਬਾਹਰੋਂ ਦੀ ਸਪੋਰਟ ਕਰ ਸਕਦੇ ਹੈਗੇ, ਇਹਨਾਂ ਦੇ ਨਾਲ ਨਹੀਂ ਜਾ ਕੇ ਮਿਲਣਾ। ਅਤੇ ਦੋਨਾਂ ਦੀਆਂ ਆਪਣੀਆਂ ਆਪਣੀਆਂ ਕੰਡੀਸ਼ਨਸ ਹੈਗੀਆਂ, ਉਹਦੇ ਨਾਲ ਨੁਕਸਾਨ ਲੋਕਾਂ ਦਾ ਹੋ ਰਿਹਾ ਜਿਹੜੇ ਇਸ ਵੇਲੇ ਹਰਿਆਣਾ ਪੰਜਾਬ ਬਾਰਡਰ ਦੇ ਉੱਤੇ, ਸ਼ੰਭੂ ਬਾਰਡਰ ਦੇ ਉੱਤੇ ਬੈਠੇ ਹੋਏ ਆ। ਉਹਨਾਂ ਨੂੰ ਚਾਹੀਦਾ ਹੈ, ਕਿਉਂਕਿ ਇਹਨਾਂ ਨੇ ਦਿੱਲੀ ਜਾਣ ਦਾ ਆਪਣਾ ਪ੍ਰੋਗਰਾਮ ਫਿਰ ਟਾਲ ਦਿੱਤਾ ਹੈਗਾ, ਬਹਾਨਾ ਫਿਰ ਉਹੀ ਹੈਗਾ ਸ਼ੁਭਕਰਨ ਸਿੰਘ ਦੀ ਡੈਥ। ਉਹ ਹੁਣ ਤੁਸੀਂ ਜੇਕਰ ਉਹਦਾ 3 ਤਰੀਕ ਨੂੰ ਕੋਈ ਉਹ ਹੈ ਲਾਸਟ ਰਾਈਟਸ ਹੈਗੇ ਆ ਜਾਂ ਕੁਛ ਹੋਰ ਹੈਗਾ ਉਹਦਾ ਉਠਾਲਾ ਜਾਂ ਇਸ ਤਰ੍ਹਾਂ ਹੈਗਾ, ਉਹ 3 ਤਰੀਕ ਨੂੰ ਆਪਣੀ ਇੱਕ ਟੀਮ 6-7 ਬੰਦਿਆਂ ਦੀ ਬਣਾ ਦੇਣ, ਉੱਥੇ ਉਹ ਉਸ ਚੀਜ਼ ਨੂੰ ਦੇਖ ਲੈਣਗੇ। ਸਾਰੇ ਦੇ ਸਾਰੇ ਉੱਥੇ ਰੁਕ ਗਏ ਹੈਗੇ ਆ, ਜਿੰਨੇ ਵੀ ਹੈਗੇ, 1,000-2,000 ਕਹਿ ਰਹੇ ਹੈਗੇ ਅਸੀਂ ਜਥੇਬੰਦੀਆਂ ਦੇ ਵਿੱਚ ਬੰਦੇ, ਸਾਰੇ ਰੁਕ ਗਏ। ਤੁਸੀਂ ਆਪ ਤਾਂ ਆਉਣਾ ਸ਼ੁਰੂ ਕਰੋ, ਉੱਥੇ ਪਿੱਛੇ 5-7 ਬੰਦਿਆਂ ਨੂੰ ਰੱਖ ਦਿਓ, ਅੱਗੇ 700 ਬੰਦੇ ਜਿਹੜੇ ਕਹਿ ਰਹੇ ਹੈਗੇ ਹੈ ਕਿ ਜਿਸ ਵੇਲੇ ਇੱਥੇ ਸ਼ਿੰਗੂ ਔਰ ਟਿਕਰੀ ਦੇ ਉੱਤੇ ਪ੍ਰੋਟੈਸਟ ਹੋ ਰਿਹਾ ਸੀ 2021 ਦੇ ਵਿੱਚ, 600-700 ਬੰਦੇ ਤੋਂ ਹਰੇਕ ਦੇ ਅੰਤਿਮ ਸੰਸਕਾਰ 'ਤੇ ਥੋੜ੍ਹਾ ਜਾਂਦਾ ਸੀ ਕੋਈ, ਫਿਰ ਤਾਂ ਪ੍ਰੋਟੈਸਟ ਹੀ ਖਤਮ ਹੋ ਜਾਂਦਾ। ਤਾਂ ਤੁਸੀਂ ਇਹ ਬਹਾਨਾ ਨਾ ਲਗਾਓ, ਬਹਾਨਾ ਨਾ ਲਗਾਓ। ਹੁਣ ਜਿਹੜਾ ਬੰਦਾ ਜਾਣਾ ਸੀ ਉਹ ਚਲਾ ਗਿਆ, ਉਹਦਾ ਦੁੱਖ ਸਭ ਨੂੰ ਹੈਗਾ। ਹੁਣ ਜੋ ਤੁਸੀਂ ਸਰਕਾਰ ਕੋਲੋਂ ਮੰਗਿਆ ਸੀ ਉਹ ਵੀ ਉਹਨਾਂ ਨੇ ਕਰ ਦਿੱਤਾ ਹੈਗਾ, ਇਸ ਲਈ ਤੁਸੀਂ ਉਹਦੀ ਕ੍ਰਿਮੇਸ਼ਨ ਕਰ ਦਿੱਤੀ ਹੈਗੀ ਹੈ। ਦੈਟ ਮੀਨਸ ਯੂ ਆਰ ਸੈਟਿਸਫਾਈਡ ਵਿਦ ਵਟ ਦ ਗਵਰਨਮੈਂਟ ਹੈਜ਼ ਡਨ, ਤੁਸੀਂ ਉਹਦੇ ਨਾਲ ਸੈਟਿਸਫਾਈ ਹੋ। ਤਾਂ ਹੁਣ ਤੁਸੀਂ ਬਹਾਨਾ ਨਾ ਲਗਾਓ, ਤੁਸੀਂ ਦਿੱਲੀ ਕਿਸੇ ਵੀ ਤਰੀਕੇ ਦੇ ਨਾਲ ਆਓ। ਇਹ ਨਾ ਕਹੀ ਜਾਓ, ਕੱਲ੍ਹ ਮੈਂ ਪ੍ਰੈਸ ਕਾਨਫਰੰਸ ਇਹਨਾਂ ਦੀ ਸੁਣ ਰਿਹਾ ਸੀ, ਇੱਕ ਜਰਨਲਿਸਟ ਨੇ ਬਹੁਤ ਅੱਛਾ ਇਹਨਾਂ ਨੂੰ ਕੁਐਸਚਨ ਪੁੱਛਿਆ ਇਹਨਾਂ ਨੂੰ ਕਿ ਤੁਸੀਂ ਤਾਂ ਕਹਿੰਦੇ ਸੀ ਕਿ ਅਸੀਂ ਸਭ ਤੋਂ ਅੱਗੇ ਜਾਵਾਂਗੇ, ਚਾਹੇ ਕੁਛ ਵੀ ਹੋ ਜਾਏ, ਗੋਲੀਆਂ ਵੀ ਚਾਹੇ ਚੱਲ ਜਾਣ, ਤਾਂ ਤੁਸੀਂ ਹੁਣ ਪਿੱਛੇ ਹੋ ਕੇ ਬੈਠ ਗਏ ਹੈਗੇ ਔਰ ਬੰਦੇ ਮਰਵਾਉਣੇ ਤੁਸੀਂ ਸ਼ੁਰੂ ਕਰ ਦਿੱਤੇ ਹੈਗੇ। ਇਹੀ ਮੈਂ ਸ਼ੁਰੂ ਤੋਂ ਮੈਂ ਕਹਿ ਰਿਹਾ ਹਾਂ, ਤੁਸੀਂ ਮੇਰੇ ਪਿਛਲੇ ਵੀਡੀਓ ਦੇਖੋ। ਤਾਂ ਤੁਸੀਂ ਅੱਗੇ ਵਧੋ, ਹੁਣ ਜੇਕਰ ਤੁਹਾਨੂੰ ਗੋਲੀ ਦਾ ਡਰ ਹੈਗਾ ਤਾਂ ਤੁਸੀਂ ਇਹ ਪ੍ਰੋਟੈਸਟ ਹੀ ਨਹੀਂ ਕਰਨਾ ਸੀ। ਇਸ ਤਰ੍ਹਾਂ ਤਾਂ ਲਾਜਪਤ ਰਾਏ ਵੀ ਕਹਿ ਸਕਦੇ ਸੀ ਜਿਸ ਵੇਲੇ ਉਹਨਾਂ ਨੇ ਆਜ਼ਾਦੀ ਦਾ ਅੰਦੋਲਨ ਹੋ ਰਿਹਾ ਸੀ ਕਿ ਮੈਂ ਅੱਗੇ ਨਹੀਂ ਜਾਣਾ ਕਿਉਂਕਿ ਮੈਨੂੰ ਤਾਂ ਲਾਠੀ ਪੈ ਜਾਏਗੀ, ਤਾਂ ਉਹ ਤਾਂ ਗਏ ਸੀ ਐਂਡ ਹੀ ਡਾਈਡ ਆਲਸੋ। ਤਾਂ ਲੀਡਰਸ਼ਿਪ ਤਾਂ ਇਹੀ ਹੁੰਦੀ ਹੈ, ਤੁਸੀਂ ਪਿੱਛੇ ਛੁਪ ਕੇ ਬਹਿ ਗਏ ਹੈਗੇ ਹੋ ਔਰ ਹੁਣ ਬੰਦਿਆਂ ਨੂੰ ਤੁਸੀਂ ਮਰਵਾ ਰਹੇ, ਪਤਾ ਨਹੀਂ 200-300 ਬੰਦੇ ਕਹਿ ਰਹੇ ਹੈ ਕਿ ਜ਼ਖਮੀ ਹੋ ਗਏ ਆ, ਹਸਪਤਾਲਾਂ ਦੇ ਵਿੱਚ ਪਏ ਹੋਏ ਆ, ਇੱਕ ਬੰਦੇ ਦੀ ਲਾਠੀ ਇਸ ਦੇ ਨਾਲ ਜਿਹੜੀ ਪਲਾਸਟਿਕ ਬੁਲੇਟ ਹੈ ਕਿਸ ਤਰ੍ਹਾਂ ਦੇ ਨਾਲ ਡੈਥ ਹੋ ਗਈ ਹੈ। ਔਰ ਜੇਕਰ ਉੱਥੇ ਹੀ ਬਹਿਣਾ ਹੈਗਾ ਹੈ ਤਾਂ ਇਹਦਾ ਪ੍ਰੋਟੈਸਟ ਦਾ ਫਾਇਦਾ ਕੀ ਹੈ? ਤੁਸੀਂ ਮੇਰਾ ਪਿਛਲਾ ਵੀਡੀਓ ਦੇਖੋ ਜਿਹਦੇ 'ਚ ਮੈਂ ਕਿਹਾ ਹੈਗਾ ਕਿ ਦਿੱਲੀ ਤਾਂ ਆਉਣਾ ਬਹੁਤ ਜ਼ਰੂਰੀ ਹੈ, ਕਿਉਂਕਿ ਇਹਦੀ ਪੋਜੀਸ਼ਨਿੰਗ ਜਿਹੜਾ ਮੈਂ ਤੁਹਾਨੂੰ ਸਮਝਾਇਆ ਸੀ ਕਿ ਪੋਜੀਸ਼ਨਿੰਗ ਹੋਣੀ ਬਹੁਤ ਜ਼ਰੂਰੀ ਹੈ, ਅਦਰਵਾਈਜ਼ ਦਾ ਕੋਈ ਫਾਇਦਾ ਨਹੀਂ ਹੈਗਾ। ਤੁਸੀਂ ਉੱਥੇ ਇਹ ਜਿਹੜੀ ਡੈਥ ਹੋਈ ਹੈਗੀ ਹੈ ਉਹ ਹੁਣ ਸਭ ਕੁਝ ਸਰਕਾਰ ਨੇ ਜੋ ਤੁਸੀਂ ਮੰਗਿਆ ਸੀ ਉਹ ਕਰ ਦਿੱਤਾ, ਹੁਣ ਤੁਸੀਂ ਬਹਾਨੇ ਨਾ ਲਗਾਓ ਉੱਥੇ ਪਿੱਛੇ ਰੁਕਣ ਦੇ, ਹੁਣ ਤੁਸੀਂ ਦਿੱਲੀ ਆਓ। ਜਾਂ ਫਿਰ ਸਾਫ਼ ਸਾਫ਼ ਕਹੋ, ਓਨੈਸਟਲੀ ਇਸ ਚੀਜ਼ ਨੂੰ ਕਹੋ ਕਿ ਸਾਡਾ ਦਿੱਲੀ ਦੇ ਨਾਲ ਕੋਈ ਤਾਲੁਕ ਨਹੀਂ ਹੈਗਾ, ਅਸੀਂ ਪੰਜਾਬ ਹਰਿਆਣੇ ਦਾ ਹੀ ਆਪਣਾ ਕਰਨਾ ਹੈਗਾ ਪ੍ਰੋਟੈਸਟ। ਤਾਂ ਤੁਸੀਂ ਇਹਨੂੰ ਲੋਕਾਂ ਨੂੰ ਮੂਰਖ ਨਾ ਬਣਾਓ ਔਰ ਲੋਕ ਵੀ ਤੁਹਾਡੇ ਪਿੱਛੇ ਪਤਾ ਨਹੀਂ ਕਿਉਂ ਲੱਗੇ ਹੈਗੇ ਆ। ਯੂ ਡੂ ਨਾਟ ਹੈਵ ਐਨੀ ਅਬਿਲਿਟੀ ਟੂ ਲੀਡ ਐਨੀ ਪ੍ਰੋਟੈਸਟ। ਔਰ ਜਿਹੜੀਆਂ ਤੁਸੀਂ ਗੱਲਾਂ ਕਰਦੇ ਹੈਗੇ ਉਹਦੇ ਵਿੱਚ ਕਿੰਨੀਆਂ ਕੌਂਟਰਾਡਿਕਸ਼ਨਸ ਹੈਗੀਆਂ। ਤਾਂ ਤੁਹਾਡੇ ਕੋਲ ਕੱਲ੍ਹ ਜਵਾਬ ਨਹੀਂ ਸੀ ਜਿਸ ਵੇਲੇ ਜਰਨਲਿਸਟ ਨੇ ਉਹਨੇ ਪੁੱਛਿਆ ਸੀ ਕਿ ਤੁਸੀਂ ਤਾਂ ਕਹਿੰਦੇ ਸੀ ਸਭ ਤੋਂ ਅੱਗੇ ਅਸੀਂ ਜਾਵਾਂਗੇ,
ਫਿਰ 13 ਤਰੀਕ 21 ਤਰੀਕ ਕਿੰਨੀਆਂ ਤਰੀਕਾਂ ਤੁਸੀਂ ਕੱਢ ਦਿੱਤੀਆਂ, ਫਿਰ 29 ਵੀ ਕਿਹਾ ਸੀ, ਹੁਣ 3 'ਤੇ ਆ ਗਏ ਹੋ, ਔਰ 3 ਨੂੰ ਵੀ ਪੱਕਾ ਨਹੀਂ ਕਿ 3 ਨੂੰ ਆਉਣਗੇ ਕਿ ਨਹੀਂ, ਉਹਦਾ ਬਹਾਨਾ ਲਗਾ ਰਹੇ ਹੈਗੇ। ਇਹੋ ਜਿਹੇ ਲੀਡਰ ਬਿਲਕੁਲ ਕਿਸੇ ਵੀ ਪਬਲਿਕ ਨੂੰ ਲੀਡ ਨਹੀਂ ਕਰ ਸਕਦੇ, ਇਹਨਾਂ ਤੋਂ ਪਿੱਛਾ ਛੁਡਾ ਲਓ ਦਲੇਰ ਔਰ ਕਿਹੜਾ ਗੱਲੇਵਾਲ ਔਰ ਪੰਧੇਰ ਤੋਂ। ਇਹ ਬਿਲਕੁਲ ਪ੍ਰੋਟੈਸਟ ਨੂੰ ਖਰਾਬ ਕਰ ਰਹੇ ਹੈਗੇ ਹੈ। ਔਰ ਇਸੀ ਲਈ ਜਿਹੜੇ ਦੂਸਰੇ SKM ਪੋਲੀਟੀਕਲ ਵਾਲੇ ਹੁਣ ਤੋਂ ਕਹਿੰਦੇ, ਉਹਨਾਂ ਨੇ ਮਾਫ਼ੀ ਵੀ ਮੰਗ ਲਈ ਹੈ ਕਿ ਅੱਗੇ ਵਾਸਤੇ ਇਲੈਕਸ਼ਨਾਂ 'ਚ ਨਹੀਂ ਜਾਵਾਂਗੇ, ਹੁਣ ਤਾਂ ਤੁਸੀਂ ਇਕੱਠੇ ਹੋ ਜਾਓ ਫਿਰ। ਇਲੈਕਸ਼ਨਾਂ 'ਚ ਜਾਣਾ ਗਲਤ ਸੀ, ਹੁਣ ਉਹ ਪਰ ਕਹਿ ਰਹੇ ਹੈਗੇ ਆ ਕਿ ਅਸੀਂ ਇਲੈਕਸ਼ਨ ਨਹੀਂ ਜਾਵਾਂਗੇ। ਔਰ ਮੈਂ ਵੀ ਇਹ ਵੀ ਸੁਣਿਆ ਕਿ ਉਹਨਾਂ ਨੇ ਕੋਈ ਕੌਨਸਟੀਟਿਊਸ਼ਨ ਆਪਣਾ ਬਣਾ ਦਿੱਤਾ ਹੈਗਾ SKM ਨੇ, ਔਰ ਸਾਰਾ ਕੁਛ ਹੁਣ ਉਸ ਸੰਵਿਧਾਨ ਦੇ ਹਿਸਾਬ ਦੇ ਨਾਲ ਹੋਏਗਾ, ਤਾਂ ਇਸ ਲਈ ਕੋਈ ਉਹਦੇ 'ਚ ਬਾਹਰ ਜਾ ਹੀ ਨਹੀਂ ਸਕਦਾ ਉਸ ਤੋਂ। ਉੱਥੇ ਐਕਸ਼ਨ ਹੋਏਗਾ, ਸੰਵਿਧਾਨ ਦੇ ਵਿੱਚ ਲਿਖਿਆ ਹੋਏਗਾ, ਉਹ ਤਾਂ ਪਹਿਲਾਂ ਸੰਵਿਧਾਨ ਹੀ ਨਹੀਂ ਸੀ, ਪਹਿਲਾਂ ਤਾਂ ਐਸੇ ਫ੍ਰੀ ਵੀਲਿੰਗ ਚੱਲੀ ਜਾਂਦਾ ਸੀ ਜਿਸ ਵੇਲੇ ਪਹਿਲੇ ਟਿਕਰੀ ਔਰ ਇੱਥੇ ਦਿੱਲੀ ਦੇ ਆਸ ਪਾਸ ਹੋਇਆ ਸੀ। ਤਾਂ ਹੁਣ ਤੁਸੀਂ ਇਕੱਠੇ ਹੋ ਕੇ ਉੱਥੇ ਦਿੱਲੀ ਪਹੁੰਚੋ, ਔਰ ਵਿੱਚ ਵਿੱਚ ਇਹ ਵੀ ਕਹੀ ਜਾ ਰਹੇ ਹੈ ਕਿ ਅਸੀਂ ਬੱਸਾਂ ਲੈ ਕੇ ਜਾਂ ਉਹ ਕਾਰਾਂ ਦੇ ਵਿੱਚ ਜਾਂ ਟ੍ਰੇਨ ਦੇ ਵਿੱਚ ਉੱਥੇ ਦਿੱਲੀ ਪਹੁੰਚ ਜਾਵਾਂਗੇ। ਦਿੱਲੀ ਦੇ ਵਿੱਚ ਜਿਹੜੇ ਬੰਦੇ ਹੈਗੇ ਹੈ ਉਹਨਾਂ ਨੂੰ ਕਹਿ ਦਿਓ ਕਿ ਉੱਥੇ ਟੈਂਟ ਵਗੈਰਾ ਲਗਾਉਣੇ ਸ਼ੁਰੂ ਕਰਨ, ਔਰ ਦੇਖੋ ਪੁਲਿਸ ਤਾਂ ਆਏਗੀ ਆਏਗੀ, ਤੁਸੀਂ ਕੋਈ ਇਹ ਸਰਕਾਰ ਦੇ ਨਾਲ ਕੋਲੈਬਰੇਸ਼ਨ ਥੋੜ੍ਹਾ ਕਰਨੀ ਹੈ, ਤੁਸੀਂ ਤਾਂ ਪ੍ਰੋਟੈਸਟ ਕਰ ਰਹੇ ਹੈਗੇ ਹੋ ਨਾ, ਦੈਨ ਯੂ ਸ਼ੁੱਡ ਨੋਟ ਬੈਗ ਇਨ ਫਰੰਟ ਆਫ ਦਾ ਗਵਰਨਮੈਂਟ। ਉਹਨਾਂ ਦੇ ਸਾਹਮਣੇ ਭੀਖ ਨਾ ਮੰਗੋ ਕਿ ਸਾਨੂੰ ਹਮੇ ਆਨੇ ਦੀਜੀਏ ਜੀ, ਇਹ ਬੈਰੀਕੇਡ ਹਟਾ ਦੀਏ ਜੀ, ਇਹ ਪੁਲਿਸ ਵਾਲੋਂ ਕੋ ਵਹਾਂ ਸੇ ਹਟਾ ਦੀਏ ਜੀ। ਇਹ ਤਾਂ ਪ੍ਰੋਟੈਸਟ ਹੈ ਨਾ, ਦੋ ਪਾਰਟੀਜ਼ ਦਾ ਕੌਨਫਲਿਕਟ ਹੈ, ਉਸ ਕੌਨਫਲਿਕਟ ਦੇ ਵਿੱਚ ਤੁਸੀਂ ਭੀਖ ਥੋੜ੍ਹਾ ਮੰਗ ਸਕਦੇ ਹੋ। ਤੁਸੀਂ ਜੋ ਵੀ ਕੰਸਟ੍ਰੇਂਟਸ ਹੈਗੀਆਂ ਉਹਨਾਂ ਨੂੰ ਪਾਰ ਕਰਕੇ ਦਿੱਲੀ ਆਉਣਾ। ਪਿਛਲੀ ਵਾਰੀ ਵੀ ਤਾਂ ਹੋਇਆ ਸੀ, ਪਿਛਲੀ ਵਾਰੀ ਯੂਥ ਹੈਗੇ ਸੀ, ਚੰਗੇ ਸੀ ਉਹ, ਜਿਨ੍ਹਾਂ ਨੇ ਇਹਨਾਂ ਦੀ ਮਦਦ, ਇਹਨਾਂ ਨੇ ਪਿਛਲੀ ਵਾਰੀ ਵੀ ਉੱਥੇ ਹੀ ਬਹਿ ਜਾਣਾ ਸੀ ਸ਼ੰਭੂ ਬਾਰਡਰ 'ਤੇ। ਪਿਛਲੀ ਵਾਰੀ ਯੂਥ ਜਿਹੜੇ ਸੀ ਚੰਗੇ ਸੀ, ਇਸ ਵਾਰੀ ਵੀ ਚੰਗੇ ਆ, ਉਹ ਤਾਂ ਕਹਿ ਰਹੇ ਆ ਕਿ ਅਸੀਂ ਜਾਣ ਨੂੰ ਤਿਆਰ ਹੈਗੇ ਹਾਂ। ਤਾਂ ਇਹਨਾਂ ਦੇ ਪਿੱਛੇ ਨਾ ਲੱਗੋ, ਜਾਂ ਫਿਰ ਪ੍ਰੋਟੈਸਟ ਨੂੰ ਖਤਮ ਕਰੋ, ਲੋਕਾਂ ਨੂੰ ਮੂਰਖ ਨਾ ਬਣਾਓ। ਔਰ ਹੁਣ ਸੈਪਰੇਟਲੀ ਇਹ ਜਿਹੜੇ SKM ਪੋਲੀਟੀਕਲ ਵਾਲੇ ਹੈਗੇ ਹੈ, ਇਹਨਾਂ ਨੇ 14 ਮਾਰਚ ਨੂੰ ਇੱਕ ਕਿਸਾਨ ਮਜ਼ਦੂਰ ਮਹਾਂ ਪੰਚਾਇਤ ਇਹ ਦਿੱਲੀ ਦੇ ਵਿੱਚ ਔਰਗਨਾਈਜ਼ ਕੀਤੀ ਹੈ ਰਾਮਲੀਲਾ ਮੈਦਾਨ ਦੇ ਉੱਤੇ। ਉਹਨਾਂ ਨੂੰ ਵੀ ਸਰਕਾਰ ਨੇ ਨਹੀਂ ਆਉਣ ਦੇਣਾ, ਉਹਨਾਂ ਨੇ ਅਪਲਾਈ ਕੀਤਾ ਹੈਗਾ ਪਰਮਿਸ਼ਨ ਵਾਸਤੇ ਕਿ ਰਾਮਲੀਲਾ ਮੈਦਾਨ ਦੇ ਵਿੱਚ ਸਾਨੂੰ ਪ੍ਰੋਟੈਸਟ ਕਰਨ ਦਾ, ਇੱਕ ਦਿਨ ਦਾ ਪ੍ਰੋਟੈਸਟ। ਇੱਕ ਦਿਨ ਦੇ ਪ੍ਰੋਟੈਸਟ ਨਾਲ ਕੁਛ ਵੀ ਨਹੀਂ ਹੋਣਾ, ਇਟ ਹੈਜ਼ ਟੂ ਬੀ ਅ ਪਰਪਿਚੁਅਲ ਪ੍ਰੋਟੈਸਟ, ਯਾਨੀ ਕਿ ਪਰਮਾਨੈਂਟ ਹੋਣ, ਜਿਸ ਤਰ੍ਹਾਂ ਪਿਛਲੀ ਵਾਰੀ ਹੋਇਆ ਸੀ। ਉਸ ਵੇਲੇ ਤੁਹਾਡੀਆਂ ਡਿਮਾਂਡਸ ਤਾਂ ਕੋਈ ਨਹੀਂ ਮੰਨੀਆਂ ਗਈਆਂ, ਉਹਦਾ ਕਾਰਨ ਇਹ ਸੀ ਕਿ ਕਈ ਡਿਸਓਨੈਸਟ ਲੀਡਰ ਪੰਜਾਬ ਦੀਆਂ ਇਲੈਕਸ਼ਨ ਲੜਨ ਵਾਸਤੇ ਭੱਜ ਗਏ ਸੀ ਵਿੱਚੋਂ ਹੀ। ਹੁਣ ਨਾ ਤਾਂ ਕਾਨੂੰਨ ਵਾਪਸ ਹੋਏ ਹੈ, ਉਹ ਜਸਟ ਦੋਜ਼ ਹੈਵ ਬੀਨ ਸਸਪੈਂਡਡ, ਕੋਈ ਉਹਦੇ ਗਜ਼ਟ ਨੋਟੀਫਿਕੇਸ਼ਨ ਨਹੀਂ ਹੈ ਕਿ ਉਸ ਕਾਨੂੰਨ 3 ਕਾਲੇ ਕਾਨੂੰਨ ਜਿਨ੍ਹਾਂ ਨੂੰ ਕਹਿੰਦੇ ਕਿ ਉਹ ਖਤਮ ਹੋ ਗਏ, ਖਤਮ ਨਹੀਂ ਹੋਏ ਹਾਲੇ। ਉਹ ਵੈਸੇ ਤੁਹਾਡਾ ਲੋਕਾਂ ਨੂੰ ਮੂਰਖ ਬਣਾਉਣ ਵਾਸਤੇ ਕਹਿਤਾ ਤੁਸੀਂ ਕਿ ਖਤਮ ਹੋ ਗਿਆ, ਖਤਮ ਨਹੀਂ ਹੋਏ ਹੋ ਕਾਨੂੰਨ ਕੋਈ, ਔਰ ਹੋਰ ਕੋਈ ਡਿਮਾਂਡ ਮੰਨੀ ਨਹੀਂ। ਤਾਂ ਇਸ ਲਈ ਤੁਸੀਂ ਉੱਥੋਂ ਭੱਜੋ ਨਾ ਇਸ ਵਾਰੀ, ਤੁਹਾਨੂੰ ਪਰਮਾਨੈਂਟ ਉੱਥੇ ਪ੍ਰੋਟੈਸਟ ਕਰਨਾ ਪੈਣਾ ਹੈਗਾ, ਦਿੱਲੀ ਦੇ ਅੰਦਰ ਜਾਂ ਦਿੱਲੀ ਦੇ ਆਸ ਪਾਸ। ਉੱਥੇ ਪਹੁੰਚਣਾ ਬਹੁਤ ਜ਼ਰੂਰੀ ਹੈ, ਕਿਸੇ ਵੀ ਤਰ੍ਹਾਂ ਸਟ੍ਰੈਟਜੀ ਬਣਾ ਕੇ ਉੱਥੇ ਪਹੁੰਚੋ। ਔਰ ਉੱਥੇ ਤੁਸੀਂ ਕਹਿ ਰਹੇ ਹੋ ਕਿ ਸਾਡੇ ਨਾਲ ਲੱਖਾਂ ਬੰਦੇ ਹੈਗੇ ਆ, ਜਿਸ ਤਰ੍ਹਾਂ ਪਿਛਲੇ ਵੀਡੀਓ 'ਚ ਕਿਹਾ ਸੀ, ਦੂਸਰੀਆਂ ਸਟੇਟਸ ਤੋਂ ਬੁਲਵਾ ਕੇ ਉਹ ਉੱਥੇ ਟੈਂਟ ਵਗੈਰਾ ਲਗਾਉਣ, ਥੋੜ੍ਹੇ ਬਹੁਤ ਲਾਠੀਆਂ ਪੈਣਗੀਆਂ। ਇਹ ਮੈਂ ਨਹੀਂ ਕਹਿ ਰਿਹਾ ਕਿ ਸਮੂਥ ਹੋਏਗਾ ਸਭ ਕੁਝ, ਪ੍ਰੋਟੈਸਟ ਹੈ ਨਾ, ਇਹ ਤਾਂ ਸਮੂਥ ਕਿਸ ਤਰ੍ਹਾਂ ਹੋ ਸਕਦਾ, ਪੂਰੀ ਦੁਨੀਆ ਦੇ ਵਿੱਚ ਇਸ ਤਰ੍ਹਾਂ ਹੀ ਹੋ ਰਿਹਾ ਹੈ।
ਜਿਹੜੇ ਯੂਰਪ ਦੇ ਵਿੱਚ ਪ੍ਰੋਟੈਸਟ ਹੋ ਰਹੇ ਫਾਰਮਰਸ ਦੇ, ਉੱਥੇ ਵੀ ਉਹਨਾਂ 'ਤੇ ਇਸ ਤਰ੍ਹਾਂ ਹੀ ਲਾਠੀਆਂ ਚੱਲਦੀਆਂ ਔਰ ਵਾਟਰ ਕੈਨਨ ਯਾਨੀ ਕਿ ਪਾਣੀ ਦੀਆਂ ਬੁਛਾਰਾਂ ਛੱਡਦੇ ਹੈ, ਜਾਂ ਫਿਰ ਉਹ ਟੀਅਰ ਗੈਸ ਸ਼ੈਲਸ ਉਹਨਾਂ 'ਤੇ ਚਲਾਏ ਜਾ ਰਹੇ, ਸਭ ਜਗ੍ਹਾ 'ਤੇ ਇਸ ਤਰ੍ਹਾਂ ਹੀ ਹੈ। ਤਾਂ ਤੁਸੀਂ ਘਬਰਾਓ ਨਾ, ਤਾਂ ਆ ਜਾਓ ਇੱਥੇ ਔਰ ਛੁਪੋ ਨਾ, ਬਹਾਨੇ ਨਾ ਲਗਾਓ। ਤਾਂ ਇਹ ਜਿਹੜਾ ਹੈਗਾ ਹੁਣ ਦੋ ਜਿਹੜੇ ਹੈ ਫੁੱਟ ਪੈ ਗਈ ਇਹਨਾਂ ਦੇ ਵਿੱਚ, ਇਹਨੂੰ ਕਿਸੇ ਤਰੀਕੇ ਨਾਲ ਕਿਸੇ ਨੂੰ ਵਿੱਚ ਪੈ ਕੇ ਇਹਨਾਂ ਨੂੰ ਇਕੱਠੇ ਕਰਨਾ ਪੈਣਾ, ਤਾਂ ਹੀ ਇਹ 1-2 ਲੱਖ ਬੰਦਾ ਹੈ ਦਿੱਲੀ ਦੇ ਆਸ ਪਾਸ ਇਕੱਠੇ ਕਰ ਸਕਣਗੇ, ਤਾਂ ਹੀ ਚਾਂਸ ਹੈ ਕਿ ਲਾਠੀਆਂ ਨਹੀਂ ਚੱਲਣਗੀਆਂ ਇਹਨਾਂ 'ਤੇ। ਜੇਕਰ 1-2 ਲੱਖ ਬੰਦਾ ਹੋਏਗਾ ਦਿੱਲੀ ਦੇ ਵਿੱਚ, ਫਿਰ ਲਾਠੀ ਚਲਾਉਣਾ ਬਹੁਤ ਮੁਸ਼ਕਿਲ ਹੈ ਪੁਲਿਸ ਨੂੰ। ਤਾਂ ਕਿਸੇ ਵੀ ਤਰੀਕੇ ਦੇ ਨਾਲ, ਜਿਸ ਤਰ੍ਹਾਂ ਪਿਛਲੀ ਵਾਰੀ ਹੋਇਆ ਸੀ, ਪਿਛਲੀ ਵਾਰੀ ਬਹੁਤ ਚੰਗਾ ਪ੍ਰੋਟੈਸਟ ਚੱਲ ਰਿਹਾ ਸੀ, ਇਹ ਜਿਹੜੇ ਜੇ ਭੱਜਦੇ ਨਾ ਇਹ ਜਿਹੜੇ ਲਾਲਚੀ ਇਲੈਕਸ਼ਨਾਂ ਦੇ ਵਿੱਚ ਲੜਨ ਵਾਸਤੇ, ਤਾਂ ਕੁਛ ਨਾ ਕੁਛ ਉਹਦੇ 'ਚੋਂ ਨਿਕਲ ਆਉਣਾ ਸੀ। ਔਰ ਦੂਸਰੀ ਚੀਜ਼, ਉਹਦਾ ਚੋਣ ਜ਼ਾਬਤੇ ਦਾ ਕੋਈ ਤੁਹਾਡੇ ਉੱਤੇ ਫਰਕ ਨਹੀਂ, ਇਹਨੂੰ ਪਰਮਾਨੈਂਟ ਰੈਗੂਲਰ ਕਰੋ, ਔਰ ਜਿਹੜੀਆਂ ਇਲੈਕਸ਼ਨਸ ਹੈਗੀਆਂ ਉਹਦਾ ਤੁਹਾਡੇ ਪ੍ਰੋਟੈਸਟ ਦਾ ਉਹਦੇ ਉੱਤੇ ਕੋਈ ਫਰਕ ਨਹੀਂ ਪੈਣਾ ਹੈਗਾ, ਉਹ ਇਸੀ ਸਰਕਾਰ ਨੇ ਜਿੱਤਣਾ, ਕਿਉਂਕਿ EVM ਨਹੀਂ ਹਟ ਰਹੀ, EVM ਦੇ ਉੱਤੇ ਹੋਏਗਾ ਤਾਂ ਇਹੀ ਹੋਏਗਾ, ਇਸ ਤਰ੍ਹਾਂ ਹੀ ਹੋਏਗਾ, ਇਹੀ ਜਿੱਤਣਗੇ ਦੁਬਾਰਾ। ਤਾਂ ਇਸ ਲਈ ਤੁਸੀਂ ਇਹ ਸੋਚੋ ਕਿ ਇਹ ਸਰਕਾਰ ਜਾ ਹੀ ਨਹੀਂ ਰਹੀ, ਚੋਣ ਜ਼ਾਬਤੇ ਜਾਂ ਇਲੈਕਸ਼ਨ ਦਾ ਕੋਈ ਮਤਲਬ ਹੀ ਨਹੀਂ, ਇਹਨਾਂ ਨੇ ਜਿੱਤਣਾ ਹੀ ਜਿੱਤਣਾ ਜੇ EVM ਨਾਲ ਹੋਇਆ ਇਲੈਕਸ਼ਨ ਤਾਂ। ਤਾਂ ਤੁਸੀਂ, ਤੁਹਾਡੇ ਵਾਸਤੇ ਇਹ ਸੇਮ ਗਵਰਨਮੈਂਟ ਹੀ ਹੈ, ਠੀਕ ਹੈ, ਔਰ ਤੁਹਾਡਾ 2-3 ਮਹੀਨੇ ਤਾਂ ਖਤਮ ਹੋਣ ਵਾਲਾ ਹੈ ਨਹੀਂ ਹੈ ਕੰਮ, ਇਹਨੂੰ ਲੰਬਾ ਸੋਚ ਕੇ ਚੱਲੋ। ਜਿਸ ਤਰ੍ਹਾਂ 6-8 ਮਹੀਨੇ ਦਾ ਉਹ ਟਰਾਲੀਆਂ ਦੇ ਵਿੱਚ ਸਮਾਨ ਤੁਸੀਂ ਭਰ ਲਿਆ, ਉਹ ਠੀਕ ਹੈ, ਬਸ ਆ ਜਾਓ ਇੱਥੇ ਔਰ ਇੱਥੇ ਪ੍ਰੋਟੈਸਟ ਕਰੋ। ਔਰ ਦੂਸਰੀ ਗੱਲ ਮੈਂ ਤੁਹਾਨੂੰ ਇਹ ਵੀ ਕਹਿਣੀ ਹੈ, ਜਿਸ ਤਰ੍ਹਾਂ ਮੈਂ ਕਿਹਾ ਕਿ ਇਕੱਠੇ ਹੋ ਜਾਓ, ਉਹ ਬਹੁਤ ਚੰਗਾ ਕੋਸ਼ਿਸ਼ ਤਾਂ ਕਰ ਰਹੇ ਹੈ ਪਰ ਇਹਨਾਂ ਦੀ ਗੱਲ ਬਣ ਨਹੀਂ ਰਹੀ, ਕਿਉਂਕਿ ਭੰਦੇਰ ਔਰ ਇਹ ਦੱਲੇਵਾਲ ਇਹ ਝੂਠ ਬੋਲ ਬੋਲ ਕੇ ਕਿ ਸਾਡਾ ਪ੍ਰੋਟੈਸਟ ਬਹੁਤ ਚੰਗਾ ਚੱਲ ਰਿਹਾ, ਬਹੁਤ ਚੰਗਾ, ਕੋਈ ਪ੍ਰੋਟੈਸਟ ਨਹੀਂ ਚੱਲ ਰਿਹਾ, ਬਿਲਕੁਲ ਬੰਦ ਪਿਆ, ਐਵੇਂ ਲੋਕਾਂ ਨੂੰ ਮੂਰਖ ਬਣਾ ਰਹੇ ਹੈਗੇ। ਤਾਂ ਜੇ ਇਹ ਨਹੀਂ ਆਉਂਦੇ ਹੈਗੇ ਦਿੱਲੀ ਅਗਲੇ 1-2 ਦਿਨ ਦੇ ਵਿੱਚ, ਤਾਂ ਮੈਂ ਜਨਤਾ ਨੂੰ ਰਿਕੁਐਸਟ ਕਰਾਂਗਾ ਜਿਹੜੀ ਇਹਨਾਂ ਦੇ ਨਾਲ ਉੱਥੇ ਜੁੜੀ ਹੋਈ ਹੈ, ਵਾਪਸ ਚਲੇ ਜਾਓ ਆਪਣੇ ਘਰਾਂ ਦੇ ਵਿੱਚ, ਉੱਥੇ ਬੈਠਣ ਦਾ ਕੋਈ ਫਾਇਦਾ ਨਹੀਂ ਹੈਗਾ, ਉਹਦੀ ਕੋਈ ਵੀ ਤੁਹਾਨੂੰ ਐਡਵਾਂਟੇਜ ਨਹੀਂ ਮਿਲੇਗਾ ਉੱਥੇ ਬੈਠਣ ਦਾ। ਤਾਂ ਅਗਲੀ ਮੈਂ ਜਿਹੜੀ ਗੱਲ ਤੁਹਾਨੂੰ ਕਰਨ ਲੱਗਾ ਹੈਗਾ ਵਾਂ, ਉਹ ਕਰਨ ਲੱਗਾ ਹੈਗਾ ਵਾਂ WTO ਦਾ। ਜਿਸ ਤਰ੍ਹਾਂ ਮੈਂ WTO ਦੇ ਬਾਰੇ ਪਹਿਲੇ ਦੱਸਿਆ ਸੀ, ਇਹਨਾਂ ਦੀ ਜਿਸ ਤਰ੍ਹਾਂ ਆਬੂ ਧਾਬੀ ਦੇ ਵਿੱਚ ਮੀਟਿੰਗ ਹੋ ਰਹੀ ਸੀ WTO ਦੀ, ਇੰਡੀਆ ਦੇ ਉੱਤੇ ਕਾਫੀ ਪ੍ਰੈਸ਼ਰ ਹੈ ਕਿ ਜਿਹੜੀ MS ਸਬਸਿਡੀਜ਼ ਹੈਗੀਆਂ, ਦੋਨੋਂ ਤਰ੍ਹਾਂ ਦੀਆਂ ਸਬਸਿਡੀਜ਼, ਇੰਪੋਰਟ ਔਰ ਐਕਸਪੋਰਟ ਸਬਸਟੀਟਿਊਸ਼ਨ ਸਬਸਿਡੀ ਜਿਹੜੀ ਹੈਗੀ ਉਹ ਖਤਮ ਕਰੋ, WTO ਇੰਡੀਆ ਨੂੰ ਕਹਿ ਰਿਹਾ। ਤਾਂ ਉਹ ਵਾਲੀ ਮੀਟਿੰਗ ਸੀ 26 ਤੋਂ ਲੈ ਕੇ 29 ਤੱਕ ਮੀਟਿੰਗ ਸੀ ਆਬੂ ਧਾਬੀ ਦੇ ਵਿੱਚ, 1 ਦਿਨ ਐਕਸਟੈਂਡ ਹੋ ਗਈ ਸੀ ਉਹ, 1 ਮਾਰਚ ਤੱਕ ਹੋ ਗਈ ਸੀ। ਤਾਂ ਹੁਣ ਮੈਂ ਲੇਟੈਸਟ ਪੜ੍ਹਿਆ ਹੈਗਾ, ਅੱਜ 2 ਮਾਰਚ ਹੈ, ਹੁਣ ਮੈਂ ਲੇਟੈਸਟ ਪੜ੍ਹਿਆ ਹੈ ਕਿ ਉਹ ਸਟੇਟਸ ਕੋ ਹੈ, ਉਹਦੇ 'ਚ ਕੋਈ ਫਰਕ ਨਹੀਂ ਹੈਗਾ। ਜਿਸ ਤਰ੍ਹਾਂ ਪਹਿਲੇ WTO ਵਾਲੇ ਕਹਿ ਰਹੇ ਸੀ ਇਹਨਾਂ ਨੂੰ, ਇੰਡੀਆ ਵਾਲਿਆਂ ਨੂੰ, ਕਿ ਤੁਸੀਂ ਸਬਸਿਡੀ ਕਿਸਾਨਾਂ ਨੂੰ ਬੰਦ ਕਰੋ, ਸਬਸਿਡੀ ਦਾ ਮਤਲਬ MSP ਉਹਦੇ 'ਚ ਇੱਕ ਪਾਰਟ ਹੈ, ਕਿ MSP ਬੰਦ ਕਰੋ ਆਪਣੇ ਕਿਸਾਨਾਂ ਨੂੰ, ਉਹੀ ਹੁਣ ਦੁਬਾਰਾ ਹੈਗਾ। ਔਰ ਸੇਮ ਉਹ ਜਿਸ ਤਰ੍ਹਾਂ ਉਹਦੇ ਵਿੱਚ ਜਿਹੜਾ ਐਗਰੀਮੈਂਟ ਹੈਗਾ, ਐਗਰੀਮੈਂਟ ਔਨ ਐਗਰੀਕਲਚਰ, ਉਹਦੇ ਵਿੱਚ ਇੱਕ ਪੀਸ ਕਲੋਜ਼ ਹੁੰਦੀ ਹੈ, ਸ਼ਾਂਤੀ ਵਾਲੀ ਕਲੋਜ਼। ਉਹ ਪੀਸ ਕਲੋਜ਼ ਦਾ ਮਤਲਬ ਹੈ ਕਿ ਜਿਹੜੇ ਡਿਵੈਲਪਿੰਗ ਕੰਟਰੀਜ਼ ਹੈ, ਜਿਸ ਤਰ੍ਹਾਂ ਇੰਡੀਆ, ਜੇਕਰ ਇਹ ਥੋੜ੍ਹੀ ਬਹੁਤ ਸਬਸਿਡੀ ਉਹਨੂੰ ਵਾਇਲੇਟ ਵੀ ਕਰਦੇ ਹੈਗੇ WTO ਦੀ ਕੰਡੀਸ਼ਨਸ ਨੂੰ, ਤਾਂ ਇਹਨਾਂ ਦੇ ਉੱਤੇ ਕੋਈ ਲੀਗਲ ਐਕਸ਼ਨ ਨਹੀਂ ਹੋਏਗਾ। ਜਿਸ ਵੇਲੇ ਪੀਸ ਕਲੋਜ਼, ਹੁਣ 2 ਸਾਲ ਦੇ ਬਾਅਦ ਇਹ ਕਾਨਫਰੰਸ ਹੋਏਗੀ, 2 ਸਾਲ 'ਚ ਇੱਕ ਵਾਰੀ ਹੁੰਦੀ ਹੈਗੀ ਹੈ, ਹੁਣ 24 'ਚ ਹੋਗੀ ਤਾਂ 26 'ਚ ਹੋਏਗੀ, 2 ਸਾਲ ਦੇ ਬਾਅਦ ਉਹ ਡਿਸਾਈਡ ਕਰਨਗੇ ਕਿ ਪੀਸ ਕਲੋਜ਼ ਹਟਾਉਣੀ ਹੈ ਕਿ ਨਹੀਂ।
ਤਾਂ ਹੁਣ ਜੇਕਰ ਸਰਕਾਰ ਚਾਹੇ ਤਾਂ ਇਹਨਾਂ ਨੂੰ ਥੋੜ੍ਹੀ ਬਹੁਤ ਸਬਸਿਡੀ ਦੇ ਸਕਦੀ ਹੈ, ਕਿਉਂਕਿ ਹਾਲੇ ਲੀਗਲ ਐਕਸ਼ਨ ਨਹੀਂ ਕੋਈ ਹੋਏਗਾ ਸਰਕਾਰ ਦੇ ਉੱਤੇ। ਤਾਂ ਇਹ ਅਗਰ ਕਿਸਾਨ ਇੱਥੇ ਦਿੱਲੀ ਆ ਜਾਣ ਤਾਂ ਹੋ ਸਕਦਾ ਇਹਨਾਂ ਨੂੰ ਕੁਛ ਮਿਲ ਜਾਵੇ। ਹਾਲਾਂਕਿ ਇੰਡੀਆ ਦੀ ਜਿਹੜੀ ਫਾਈਨੈਂਸ਼ੀਅਲ ਪੋਜੀਸ਼ਨ ਹੈਗੀ ਆ ਉਹ ਬਹੁਤ ਖਰਾਬ ਹੈਗੀ ਆ। ਇਹ ਤੁਹਾਨੂੰ ਸਭ ਝੂਠ ਦੱਸਿਆ ਜਾ ਰਿਹਾ ਕਿ ਇਕਨੋਮਿਕ ਡਿਵੈਲਪਮੈਂਟ ਇੱਥੇ ਹੋ ਰਹੀ ਹੈ ਪੰਜਵੇਂ ਅਤੇ ਅਗਲੇ 5 ਸਾਲਾਂ 'ਚ ਜਾਂ 10 ਸਾਲਾਂ 'ਚ ਤਿੰਨ ਵਰਲਡ ਦੀਆਂ ਇਕੋਨਮੀਜ਼ ਦੇ ਵਿੱਚ ਇੰਡੀਆ ਦਾ ਨਾਮ ਆ ਜਾਏਗਾ। ਸਭ ਝੂਠ ਹੈ। ਅਸੀਂ ਸਿਰਫ ਡੈਟ ਦੇ ਉੱਤੇ ਚੱਲ ਰਹੇ ਹੈਗੇ ਹਾਂ, ਯਾਨੀ ਕਿ ਕਰਜ਼ੇ ਦੇ ਉੱਤੇ ਚੱਲ ਰਹੇ ਹਾਂ। ਜਿਹੜਾ ਕੁਛ ਅਸੀਂ ਬਾਹਰੋਂ ਲਿਆ ਹੋਇਆ, ਕੁਛ ਅੰਦਰੋਂ ਲਿਆ ਹੋਇਆ ਕਰਜ਼ਾ, ਉਹ 2 ਲੱਖ ਕਰੋੜ ਤੋਂ ਵੀ ਜ਼ਿਆਦਾ ਹੁਣ ਕਰੀਬ ਕਰੀਬ 2.25 ਲੱਖ ਕਰੋੜ ਰੁਪਏ ਦਾ ਕਰਜ਼ਾ ਹੋ ਗਿਆ ਸਾਡੇ ਉੱਤੇ। ਤਾਂ ਉਹਦੀ ਜਿਹੜੀ ਇੰਟਰਸਟ ਹੈਗਾ ਉਹੀ ਇੰਨਾ ਹੈ ਕਿ ਜਿਸ ਵੇਲੇ 100 ਰੁਪਏ ਦਾ ਕਰਜ਼ਾ ਚੁੱਕਦੇ ਹੈਗੇ ਹਾਂ ਬਾਹਰੋਂ, ਤਾਂ ਉਹਦੇ ਵਿੱਚੋਂ ਸਾਨੂੰ 55 ਹੀ ਮਿਲਦੇ ਆ, 45 ਉਹ ਕੱਟ ਲੈਂਦੇ ਹੈਗੇ ਆਪਣਾ ਇੰਟਰਸਟ ਦਾ। ਤਾਂ ਇਹਦਾ ਮਤਲਬ ਕੀ ਹੋ ਗਿਆ, ਨਾਓ ਵੀ ਆਰ ਇਨ ਏ ਡੈਟ ਟ੍ਰੈਪ, ਉਹਦੇ ਚੱਕਰ ਦੇ ਵਿੱਚ ਫਸ ਗਏ ਅਸੀਂ ਕਰਜ਼ੇ ਵਾਲੇ 'ਚ, ਇਸ ਤੋਂ ਕਦੀ ਨਿਕਲ ਹੀ ਨਹੀਂ ਪਾਵਾਂਗੇ। ਤਾਂ ਇਸ ਲਈ ਸਰਕਾਰ ਦਾ ਜਿਹੜਾ ਫਾਈਨੈਂਸ਼ੀਅਲ ਹਾਲਾਤ ਹੈਗੇ ਆ ਉਹ ਬੜੇ ਖਰਾਬ ਹੈਗੇ ਆ, ਔਰ ਇਸ ਲਈ ਜ਼ਿਆਦਾ ਤਾਂ ਤੁਸੀਂ ਤੁਹਾਨੂੰ ਨਹੀਂ ਐਕਸਪੈਕਟ ਕਰਨਾ ਚਾਹੀਦਾ। ਪਰ ਫਿਰ ਵੀ ਜੇ ਤੁਸੀਂ ਪ੍ਰੋਟੈਸਟ ਕਰੋਗੇ ਤਾਂ ਸਰਕਾਰ ਆਪਣੀ ਸਭ ਕੁਛ, ਵੈਸੇ ਕਿਸਾਨਾਂ ਵਾਸਤੇ ਮੈਂ ਇੱਕ ਨਵਾਂ ਪੁਆਇੰਟ ਤੁਹਾਨੂੰ ਅੱਜ ਦੱਸਣ ਲੱਗਾ ਹਾਂ, ਜੇਕਰ ਕਰਪਸ਼ਨ ਸਰਕਾਰ ਦੇ ਵਿੱਚ ਖਤਮ ਹੋ ਜਾਏ ਨਾ ਤਾਂ ਕਿਸਾਨਾਂ ਨੂੰ ਸਬਸਿਡੀ ਵੀ ਮਿਲ ਸਕਦੀ ਹੈ। ਤਾਂ ਇਹਨੂੰ ਕਰਪਸ਼ਨ ਨੂੰ ਖਤਮ ਕਰਨ ਵਾਸਤੇ ਕੁਛ ਨਾਲ ਆਪਣੇ ਇਹਦੇ ਵਿੱਚ ਏਜੰਡਾ ਦੇ ਵਿੱਚ ਪਾਓ। ਕਰਪਸ਼ਨ ਇੰਨੀ ਹੈ ਨਾ, ਹਰ ਕਦਮ ਦੇ ਉੱਤੇ ਕਰਪਸ਼ਨ ਹੈ। ਇੰਡੀਆ ਇਜ਼ ਵਨ ਆਫ ਦਾ ਮੋਸਟ ਕਰਪਟ ਕੰਟਰੀਜ਼ ਇਨ ਦਾ ਵਰਲਡ, ਉਹਦਾ ਡੇਟਾ ਵੀ ਮੈਂ ਪਾਇਆ ਹੋਇਆ ਆਪਣੀ ਨਿਊਜ਼ ਸਾਈਟ ਦੇ ਉੱਤੇ। ਤਾਂ ਉਹਦਾ ਉਹਨਾਂ ਦੇ ਜਿਹੜੇ ਰਿਲੇਟਿਡ ਲਿੰਕਸ ਹੈ ਉਹ ਮੈਂ ਇਹਦੇ ਥੱਲੇ ਛੱਡ ਦਿਆਂਗਾ, ਔਰ ਜਿਹੜੀ ਕਿਸਾਨਾਂ ਵਾਸਤੇ ਵੈਬਸਾਈਟ ਬਣਾਈ ਹੈਗੀ ਹੈ ਮੈਂ, ਉਹਦਾ ਵੀ ਲਿੰਕ ਥੱਲੇ ਛੱਡ ਦਾਂਗਾ। ਉਹ ਵੈਬਸਾਈਟ ਦੇ ਉੱਤੇ ਵੀ ਜਾ ਕੇ ਉਹ ਪੰਜਾਬੀ, ਹਿੰਦੀ, ਇੰਗਲਿਸ਼ ਦੇ ਵਿੱਚ ਉਹਦੇ 'ਚ ਨਿਊਜ਼ ਹੈਗੀ ਹੈ, ਉਹ ਤੁਸੀਂ ਪੜ੍ਹ ਸਕਦੇ। ਤਾਂ ਅੱਜ ਦੇ ਮੈਂ ਵੀਡੀਓ ਦੇ ਵਿੱਚ ਤੁਹਾਨੂੰ ਇੰਨਾ ਹੀ ਕਹਿਣਾ ਸੀ। ਮੈਂ ਦੁਬਾਰਾ ਇਹਨੂੰ ਸਮਅਪ ਕਰ ਦਿੰਦਾ ਹੈਗਾ ਵਾਂ ਕਿ ਪਹਿਲੀ ਤਾਂ ਚੀਜ਼ ਹੈ ਕਿ ਉੱਥੇ ਹਰਿਆਣਾ ਪੰਜਾਬ ਬਾਰਡਰਸ ਦੇ ਉੱਤੇ ਬੈਠਣ ਦਾ ਡਾਬਾ ਵਾਲੀ ਵੀ ਕਹਿ ਰਹੇ ਹੈਗੇ ਇੱਕ ਉੱਥੇ ਲਗਾ ਦਾਂਗੇ, ਉਹਦਾ ਕੋਈ ਫਾਇਦਾ ਨਹੀਂ ਹੈਗਾ। ਇਹ ਤੁਹਾਨੂੰ ਮੂਰਖ ਬਣਾ ਰਹੇ ਭੰਦੇਰ ਔਰ ਦੱਲੇਵਾਲ, ਹੁਣ ਉਸ ਪ੍ਰੋਟੈਸਟ ਦਾ ਕੋਈ ਫਾਇਦਾ ਨਹੀਂ ਹੈਗਾ। ਔਰ ਦੂਸਰੀ ਗੱਲ, ਇਹਦਾ ਸ਼ੁਭ ਕਰਨ ਦੀ ਜਿਹੜੀ ਡੈਥ ਹੋਈ ਹੈ ਇਹਦਾ ਬਹਾਨਾ ਲਗਾ ਕੇ ਪਿੱਛੇ ਨਾ ਬੈਠੋ, ਲੋਕਾਂ ਨੂੰ ਜਵਾਬ ਦਿਓ, ਔਰ ਜਾਂ ਫਿਰ ਇਹ ਕਹਿਣਾ ਬੰਦ ਕਰ ਦਿਓ ਕਿ ਅਸੀਂ ਸਭ ਤੋਂ ਅੱਗੇ ਚੱਲਾਂਗੇ ਔਰ ਇਹਦੇ ਮੁਕਾਬਲਾ ਕਰਾਂਗੇ ਪੁਲਿਸ ਦਾ। ਇਹ ਕਹਿਣਾ ਛੱਡ ਦਿਓ, ਕਹਿ ਦਿਓ ਸਾਨੂੰ ਡਰ ਲੱਗ ਰਿਹਾ, ਨਹੀਂ ਜਾ ਨਹੀਂ ਅਸੀਂ ਜਾ ਸਕਦੇ, ਇਸ ਤਰ੍ਹਾਂ ਕਹੋ ਔਰ ਵਾਪਸ ਚਲੇ ਜਾਓ, ਔਰ ਬਾਕੀਆਂ ਨੂੰ ਵੀ ਭੇਜ ਦਿਓ। ਔਰ ਤੀਸਰੀ ਗੱਲ ਹੈ, ਇਕੱਠੇ ਹੋਣ ਦੀ ਕੋਸ਼ਿਸ਼ ਕਰੋ, SKM ਨੋਨ ਪੋਲੀਟੀਕਲ ਔਰ ਪੋਲੀਟੀਕਲ, ਇਹਨੂੰ ਇਕੱਠੇ ਕਰਨ ਦੀ ਕੋਸ਼ਿਸ਼ ਕਰੋ, ਆਪਣੇ ਸੈਲਫਿਸ਼ ਇੰਟਰਸਟ ਵਾਸਤੇ ਨਾ ਉੱਥੇ ਬੈਠੋ। ਔਰ ਤੀਸਰੀ ਜਿਹੜੀ ਗੱਲ ਹੈਗੀ ਹੈ ਮੈਂ ਤੁਹਾਨੂੰ ਦੱਸੀ ਹੈਗੀ ਹੈ ਕਿ WTO ਵਾਲਾ ਉਹ ਸਟੇਟਸ ਕੋ ਹੈ, ਯਾਨੀ ਕਿ ਜਿਸ ਤਰ੍ਹਾਂ ਪਹਿਲਾਂ ਸੀ ਉਸ ਤਰ੍ਹਾਂ ਹੀ ਹੁਣ ਹੈਗਾ। ਤਾਂ ਸਬਸਿਡੀ ਦਾ, MSP ਦਾ ਕੋਈ ਜ਼ਿਆਦਾ ਐਕਸਪੈਕਟ ਨਹੀਂ ਕਰਨਾ ਚਾਹੀਦਾ ਕਿਸਾਨਾਂ ਨੂੰ, ਪਰ ਜੇ ਇਹ ਰੈਗੂਲਰਲੀ ਪ੍ਰੋਟੈਸਟ ਕਰਨਗੇ ਇੰਡੀਆ ਦੀ ਕਰਪਸ਼ਨ ਖਤਮ ਹੋ ਜਾਏਗੀ, ਜਿਹੜੀ ਪਿਛਲੇ 10 ਸਾਲਾਂ 'ਚ 10 ਗੁਣਾ ਵੱਧ ਗਈ ਹੈ, ਔਰ ਕਰਜ਼ ਜਿਹੜਾ ਹੈਗਾ ਉਹ ਘੱਟ ਜਾਏਗਾ ਜੇਕਰ, ਤਾਂ ਫਿਰ ਵੀ ਕੁਛ ਕਿਸਾਨਾਂ ਨੂੰ ਮਿਲ ਸਕਦਾ ਹੈ। ਤਾਂ ਇਹੀ ਅੱਜ ਦਾ ਮੈਂ ਵੀਡੀਓ 'ਚ ਕਹਿਣਾ ਸੀ, ਬਾਕੀ ਮੈਂ ਲਿੰਕ ਇਹਦੇ ਥੱਲੇ ਛੱਡ ਦਾਂਗਾ। ਥੈਂਕਸ ਫੋਰ ਵਾਚਿੰਗ।